ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਯੋਗ ਦਾਸ ਬਾਬਾ ਵਿਧੀ ਕਰ ਜਾਂਦੇ ਕਰਦਾ ਵਿਧੀ ਹੁੰਦਾ ਹੋਇਆ ਸਭ ਸੰਗਤਾਂ ਨੂੰ ਬੇਨਤੀ ਬੋਲਣਾ ਜੀ ਸਤਨਾਮ ਵਾਹਿਗੁਰੂ 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 ਸਾਹਿਬ ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗ ਦੇ ਉੱਤੇ ਅਰਦਾਸ ਰਾਮਦਾਸ ਜੀ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਥੇ ਸਭ ਬੁਝਾਇ ਏ ਬਹਾਦੁਰ ਸਿਮਰੈ ਘਰ ਨਾਮ ਜਾਵੇ ਧਾਇ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਿਲਾ ਦਾ ਧਿਆਨ ਕਰਕੇ ਬੋਲਣਾ ਜੀ ਤੋਂ ਕੁਝ ਦਿਨ ਪਹਿਲਾਂ ਮਾਂ ਲੋਕ ਸੰਸਾਰ ਦੀ ਸਤਿਗੁਰੂ ਜੀ ਯਾਤਰਾ ਸੰਪੂਰਨ ਕਰਦੇ ਉੱਪਰ ਲੋਕ ਅਗਮ ਕਰ ਗਏ ਗੁਰੂ ਪਾਤਸ਼ਾਹ ਜੀ ਉਹ ਤਿੰਨਾਂ ਦੀ ਆਤਮਕ ਰੂਹ ਸ਼ਾਂਤੀ ਕਲਿਆਣਤਾ ਵਾਸਤੇ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਗੁਰੂ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਆਪ ਦੀਆਂ ਦੀ ਪਾਵਨ ਸੇਵਾ ਲਈ ਗੁਰੂ ਪਾਤਸ਼ਾਹ ਜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ ਗੁਰੂ ਪਾਤਸ਼ਾਹ ਜੀ ਆਪ ਦੀਆਂ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗੁਰੂ ਪਾਤਸ਼ਾਹ ਜੀ ਆਪ ਦੀਆਂ ਦੀ ਮਿਹਰ ਬਖਸ਼ਿਸ਼ ਹੋਈ ਹੈ ਜੀ ਬਾਣੀ ਦੇ ਆਦਿ ਮਦ ਮਤੋਂ ਸੰਪੂਰਨਤਾ ਸਹਿਤ ਭੋਗ ਪਏ ਗੁਰੂ ਪਾਤਸ਼ਾਹ ਜਿਨ੍ਹਾਂ ਮਿਲਿਆ ਜੀ ਦਾ ਹੀ ਨਾਮ ਜਿਤਿਆ ਵੈ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਕਰਨ ਲੱਗੇ ਮਹਾਤਮਾ ਜੀ ਮਹਾਂਪੁਰਖ ਉਹ
ਸਾਡੇ ਲੰਗਰ ਦਾ ਸਾਡੇ ਵੱਡਿਆਂ ਨਿਯਮ ਬਣਾਇਆ, ਸਾਡੇ ਪਿੰਡ ਦਾ ਨਿਯਮ ਹੈ, ਸਾਡੇ ਵੱਡਿਆਂ ਦੀ ਰੀਤੀ ਹੈ। ਦੱਸੋ ਕਹਿਣ ਲੱਗੇ ਪੱਟੀ ਸਾਹਿਬ ਤੋਂ ਕਾਂ ਨੰਬਰ ਤੁਸੀਂ ਕਿਉਂ ਨਹੀਂ ਪਾਏ? ਕਹਿਣ ਲੱਗੇ ਮਹਾਰਾਜ ਸਾਡੇ ਪਿੰਡ 'ਚ ਵਿਚਾਰ ਵੱਡਿਆਂ ਦੀ, ਜਿੰਨਾ ਬੰਦਾ ਜਨਮ ਲੈ ਕੇ ਅੰਤ ਸਮੇਂ ਤੱਕ ਜੋ ਸਿਮਰਨ ਕਰਦਾ ਸੇਵਾ ਕਰਦਾ ਪਰ ਉਪਕਾਰ ਕਰਦਾ ਨਾ, ਉਹਦੀ ਸਾਰੀ ਉਮਰ ਦਾ ਹਵਾਲਾ ਸਾਰੇ ਲੰਗਰ ਦੇ ਜਿਹੜੇ ਬਜ਼ੁਰਗ ਸਿਆਣੇ ਪਤਵੰਤ ਹੈ ਉਹ ਇਕੱਤਰ ਕਰ ਲੈਂਦੇ ਉਮਰ ਨੂੰ। ਉਮਰ ਨੂੰ ਇਕੱਤਰ ਕਰਕੇ ਜਿੰਨੇ ਸਾਲ ਉਹਦੀ ਭਗਤੀ ਬੰਦਗੀ ਸਿਮਰਨ ਹੁੰਦਾ ਵਾ ਨਾ, ਉਹਦਾ ਜਦੋਂ ਫਿਰ ਸਮਾਂ ਆਉਂਦਾ, ਅੰਤ ਸਮਾਂ ਜਦੋਂ ਆਉਂਦਾ ਵਾ, ਉਹ ਫਿਰ ਸਾਰੀ ਜਿਹੜੀ ਉਹਦੀ ਲਿਖਤ ਪੂਰੀ ਕਰਕੇ ਜਿੱਥੇ ਦਾ ਸੰਸਕਾਰ ਹੁੰਦਾ ਵਾ, ਚਿਖਾ ਕਹਿ ਦਿੰਦੇ ਆਪਾਂ ਸੰਗਤ, ਅੰਗੀਠਾ ਕਹਿ ਦਈਦਾ ਵਾ, ਕਹਿੰਦੇ ਉਹਦੇ ਅੰਤਿਮ ਸੰਸਕਾਰ ਹੋ ਕੇ ਸਰੀਰ ਜਿਹੜਾ ਇੱਕਦਮ ਖਤਮ ਹੋ ਜਾਂਦਾ, ਭਸਮ ਢੇਰੀ ਹੁੰਦੀ ਹੈ ਨਾ, ਉਹਦਾ ਫਿਰ ਵਾਰੀ ਮੁਤਾਬਕ ਅਸੀਂ ਉਸ ਸਿਰ ਪੱਥਰ ਲਾਉਂਦੇ ਅਤੇ ਇਸ ਬੰਦੇ ਦੀ ਉਮਰ ਕਿਤਨੇ ਸਾਲ ਹੈ। ਅਤੇ ਗੁਰੂ ਪਿਆਰੀ ਸਾਹਿਬ ਸਾਹਿਬ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਰਦਾਨੇ ਦੇਖ ਲਾ ਭਾਈ ਤੇਰੇ ਸਵਾਲ ਦਾ ਜਵਾਬ ਨਹੀਂ, ਇਹ ਭਗਤੀ ਦਾ ਹੀ ਮਾਰਗ ਵਾ, ਇਹ ਤੈਨੂੰ ਗਿਆਨ ਦੇ ਵਾਸਤੇ ਅਸੀਂ ਇਸ ਜਗ੍ਹਾ 'ਤੇ ਆਏ ਹੋਏ ਹਾਂ, ਤੈਨੂੰ ਅਸੀਂ ਇਸੇ ਵਾਸਤੇ ਨਾਲ ਲੈ ਕੇ ਆਏ ਹਾਂ, ਤੂੰ ਇਹਦੇ ਵਿੱਚ ਆਉਂਦਿਆਂ ਸਾਡੇ ਨਾਲ ਕਿੰਨੀ ਇੱਜ਼ਤ ਕਰਦਾ ਪਿਆਰ ਭਰੀ, ਤੇਰੇ ਤਨ ਨੂੰ ਕਿੰਨੀ ਭੁੱਖ ਲੱਗਦੀ ਹੈ, ਕਿੰਨੀ ਪਿਆਸ ਲੱਗਦੀ ਆ, ਜਾਂ ਤੂੰ ਸਾਡੇ ਨਾਲ ਜਿੱਦ ਕਰਕੇ ਫਿਰ ਸਾਨੂੰ ਕਹਿੰਦਾ ਮੈਨੂੰ ਜਲ ਪਾਣੀ ਛਕਾਓ। ਅਤੇ ਭਾਈ ਬਰਦਾਨੇ ਸਿਰਫ ਸੋਝੀ ਦੇਣ ਵਾਸਤੇ, ਉਮਰ ਜਿਹੜੀ ਹੈ ਬੜੀ ਲੰਮੇਰੀ ਹੈ ਪਰ ਸਿਮਰਨ ਤਪ ਥੋੜ੍ਹਾ ਹੈ, ਇਸ ਵਾਸਤੇ ਸਿਮਰਨ ਤਪ ਭਗਤੀ ਬੰਦਗੀ ਪਰਮੇਸ਼ਰ ਨੂੰ ਆਰਾਧਨਾ ਜ਼ਿਆਦਾ ਸਮਾਂ ਆਪਣੇ ਵੱਲ ਕੋਲ ਚਾਹੀਦਾ ਹੈ, ਤਾਂ ਵੀ ਉਸ ਦਿਨ ਨਾਲ ਲੈ ਕੇ ਤੁਰੇ ਹਾਂ। ਇੱਕ ਬਾਬਾ ਅਕਾਲ ਰੂਪ ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਦੂਜਾ ਬਾਬੀ ਮਰਦਾਨਾ। ਇਹ ਭਾਈ ਗੁਰਦਾਸ ਜੀ ਨੇ ਨਾ ਆਪਣੀਆਂ ਵਾਰਾਂ ਵਿੱਚ ਬੜੇ ਪਿਆਰ ਨਾਲ ਇਹ ਪਾਪ ਸਮਝੇ ਦਾ ਗੁਰੂ ਪਿਆਰੀ ਸਾਹਿਬ ਸਿੰਘ ਉਚਾਰ ਕੀਤਾ, ਇਹ ਬੜੀ ਮਿੱਠੀ ਆਵਾਜ਼ ਵਾਲੀ ਬਾਣੀ ਹੈ ਭਾਈ ਗੁਰਦਾਸ ਜੀ। ਇਹ ਮਨ ਦਾ ਪ੍ਰਕਰਨ ਉੱਥੇ ਖਲੋਤਾ ਵਾ, ਅਤੇ ਗੁਰੂ ਕੇ ਪਿਆਰਿਓ ਖੰਦਲੀ ਧੋਤੀ ਉਜਰੀ ਨਾ ਹੋਵੇ ਜੀ। ਖੰਦਲੀ ਧੋਤੀ ਕਿਹੜੀ ਹੈ? ਤੁਸੀਂ ਬੜੇ ਸਿਆਣੇ ਬੈਠੇ ਹੋ, ਗੁਰੂ ਨੂੰ ਪਿਆਰੋ, ਤੇਲ ਕੱਢਣ ਵਾਲਾ ਕੋਹਲੂ ਹੈ ਨਾ, ਉਹਦੇ ਪਾਸ ਉਸ ਮਿਸਤਰੀ ਸਾਹਿਬਾਨ ਨੇ ਗੁਰੂ ਕੋਲ ਟਾਕੀ ਰੱਖੀ ਹੁੰਦੀ ਹੈ ਉਹਨੂੰ ਸਾਫ਼ ਕਰਨ ਵਾਸਤੇ, ਉਹਦਾ ਪ੍ਰਮਾਣ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਨੇ। ਕਹਿੰਦੇ ਉਹ ਖੰਦਲੀ ਧੋਤੀ ਇੰਨੀ ਕੀਪ ਖਰਾਬ ਹੋਈ ਹੈ ਨਾ, ਉਹ ਸਾਫ਼ ਨਹੀਂ, ਅਤੇ ਰਹੁ ਵਿਚਾਰ ਗਰੀਬ ਨਿਵਾਜ ਪਾਤਸ਼ਾਹ ਨਗਰ ਵਿੱਚ ਸੰਗਤ ਜੀ ਪਹੁੰਚ ਕੇ ਨਾ, ਅਤੇ ਕੱਚੀਆਂ ਇੱਟਾਂ ਦੀ ਸੰਗਤ ਜੀ ਧਰਮਸ਼ਾਲਾ ਬਣੀ। ਕਈ ਧਰਮਸ਼ਾਲਾ ਦੇ ਸਾਡੇ ਵੱਡੇ ਬਜ਼ੁਰਗ ਨਾ, ਜਿਹੜੇ ਆਪਣੇ ਬਾਬਾ ਬਾਪ ਤੋਂ ਪਹਿਲੇ ਵਡੇਰੇ ਪੜਦਾਦੇ ਦਾਦੇ ਜੀ, ਅਤੇ ਗੁਰਮੁਖ ਉਹਨੂੰ ਕਹਿੰਦੇ ਹੁੰਦੇ ਸੀ ਬਾਰਾਂ ਵਰੀ, ਉਹਦੇ ਟੂਏ ਰੱਖਣੇ ਸਾਈਡਾਂ ਚਾਨਣ ਰਹਿਣਾ, ਕਿਉਂਕਿ ਚਾਨਣ ਨਹੀਂ ਸੀ ਗੁਰਮੁਖ ਇੰਨਾ ਹੁੰਦਾ, ਆਹ ਬਹੁਤ ਚਾਨਣ, ਚਾਨਣ ਬੜਾ ਹੋ ਗਿਆ ਪਰ ਗੁਰਮੁਖ ਸਾਡੀ ਨੇਤਰਾਂ ਦੀ ਲੋਕ ਅੜ ਗਈ ਹੈ, ਕਿੰਨਾ ਚਾਨਣ ਜਗਦਾ, ਐਨਕ ਲਾਈ ਹੋਈ ਹੈ, ਫਿਰ ਗੁਰਮੁਖ ਉੱਪਰ ਲਾਈਟ ਰੱਖੀ ਹੋਈ ਹੈ, ਕਿਉਂ ਸਾਡੇ ਅੱਖਾਂ ਨੂੰ ਗੁਰਮੁਖ ਇੰਨੀ ਲਾਈਟ ਦੀ ਗੁਰੂ ਨੂੰ ਪਿਆਰ ਹੋ ਜਿਹੜੀ ਚਾਨਣ ਵਾਲੀ ਲੋਕ ਪੈ ਕਿ ਨਿਗਾਹ ਕੱਟੀ, ਉਦੋਂ ਕੱਚੇ ਕਮਰੇ ਅਤੇ ਗੁਰਮੁਖਾਂ ਨੇ ਬਜ਼ੁਰਗਾਂ ਨੇ ਦੀਵਾ ਰੱਖਣਾ, ਅਤੇ ਗੁਰਮੁਖ ਦੀਵਾ ਲਾ ਕੇ ਤੇਲ ਪਾ ਕੇ ਵੱਟੀ ਬਣਾ ਕੇ ਬੜੇ ਪਿਆਰ ਨਾਲ ਉਹਨੂੰ ਚਾਨਣ ਕਰਨਾ, ਅਤੇ ਗੁਰੂ ਪਿਆਰੀ ਸਾਹਿਬ ਉਸ ਚਾਨਣ ਦੇ ਲੋ ਦੇ ਨਾਲ ਰੱਬ ਰੱਬ ਕਰਿਆ ਕਰਨਾ, ਹਰ ਚੀਜ਼ ਗੁਰੂ ਨੂੰ ਪਿਆਰ ਲੱਭ ਲੈਣੀ। ਜੇ ਕਿਤੇ ਨਾ ਦੀਵਾ ਜਗਣਾ ਹੋਣਾ ਕਿਸੇ ਟਾਈਮ, ਗਰੀਬੀ ਦਾ ਗੁਰਮੁਖ ਭਾਉ ਸੀ ਅਤੇ ਗੁਰਮੁਖ ਸੋਝੀ ਹੈ ਨਹੀਂ ਸੀ, ਮਨ ਦੀ ਗਿਆਤਾ ਹੀ ਹੈ ਨਹੀਂ ਸੀ, ਜਿੱਥੇ ਜੀ ਪਈ ਜਾ ਕੇ ਫੜ ਕੇ ਲੈ ਜਾਂਦੇ ਸੀ। ਅੱਜ ਦਾ ਜਿਹੜਾ ਮਨੁੱਖ ਆਪਣੇ ਘਰ 'ਚ ਰਹਿ ਰਿਹਾ, ਰਾਤ ਦੇ ਲਾਈਟਾਂ ਜਲਦੀਆਂ, ਕਿਤੇ ਅੱਧਾ ਘੰਟਾ ਗੁਰਮੁਖ ਪਿਆਰ ਲਾਈਟ ਬੰਦ ਹੋ ਜਾਏ ਨਾ, ਅਤੇ ਬੰਦਾ ਕਹੋ ਠੇਡੇ ਖਾਂਦਾ, ਠੇਡੇ ਅਤੇ ਪੁੱਛੋ ਕਿਉਂ ਖਾਂਦਾ ਵਾ, ਵੀ ਤੇਰਾ ਘਰ ਤੇਰੇ ਘਰੇ ਕਿੰਨਾ ਪ੍ਰਬੰਧ ਹੈ, ਕਿੰਨਾ ਚਾਨਣ, ਕਿਉਂ ਗੁਰਮੁਖ ਪਿਆਰ ਸੁਰਤੀ ਘੱਟ ਗਈ। ਸੱਚੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਕੱਚੀ ਬਾਰਾਂ ਵਰੀ ਧਰਮਸ਼ਾਲਾ ਬਣਵਾਈ ਪਿਆਰੇ ਗੁਰਸਿੱਖਾਂ ਤੋਂ, ਅਤੇ ਆਖਿਆ ਗੁਰਸਿੱਖਾਂ ਅੰਦਰ ਪ੍ਰੀਤ ਹੈ, ਗੁਰਸਿੱਖੋ
ਤੁਹਾਡੇ ਅੰਦਰ ਇੰਨੀ ਪ੍ਰੀਤੀ ਚਾਹੀਦੀ, ਨਾ ਪਿਆਰ ਚਾਹੀਦਾ, ਇੰਨੀ ਮੁਹੱਬਤ ਚਾਹੀਦੀ ਹੈ, ਗੁਰ ਪੂਜਨ ਆਵੇ। ਤੁਸੀਂ ਆਪਣੇ ਘਰਾਂ ਵਿੱਚ ਚੱਲ ਕੇ ਨਾ ਗੁਰੂ ਦੀ ਸਦਾ ਨਹੀਂ ਉਹ ਖਿੜੀਆਂ ਰਹਿਣੀਆਂ ਤੱਕ ਜੋ ਬਣ
ਸ਼ਬਦ ਜੋ ਦਾਸ ਬਾਬਾ ਵਿਧੀ ਕਰ ਜਾਂਦੇ ਕਰਦਾ ਬੇਨਤੀ ਹੁੰਦਾ ਹੈ ਸਭ ਸੰਗਤਾਂ ਨੂੰ ਬੇਨਤੀ ਬੋਲਣਾ ਜੀ ਸਤਨਾਮ ਵਾਹਿਗੁਰੂ 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 ਸਾਹਿਬ ਜੀਓ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਜੀ ਲਈ ਧਿਆਇ ਫਿਰੰਗ ਦੇ ਉੱਤੇ ਅਰਦਾਸ ਰਾਮਦਾਸ ਜੀ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਜਿਥੇ ਸਭ ਬੁਝਾਇ ਏ ਬਹਾਦੁਰ ਸਿਮਰੈ ਘਰ ਨਾਮ ਦਿਆਵੇ ਧਾਇ ਸਭ ਥਾਈ ਹੋਇ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਧਿਆਨ ਕੇ ਬੋਲਣਾ ਜੀ ਸਰਬੱਤ ਖਾਲਸਾ ਜੀ ਕੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰੱਖੇ ਆਪੇ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਜੀਓ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਆਪਣੇ ਪਿਆਰੇ ਖਾਲਸਾ ਜੀ ਬਖਸ਼ੋ ਜੀ ਹੇ ਮਾਣਿਆਂ ਦੇ ਮਾਣ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਅੱਜ ਤੋਂ ਕੁਝ ਦਿਨ ਪਹਿਲਾਂ ਮਾਂ ਲੋਕ ਸੰਸਾਰ ਦੀ ਸਤਿਗੁਰੂ ਜੀ ਯਾਤਰਾ ਸੰਪੂਰਨ ਕਰਦੇ ਉੱਪਰ ਲੋਕ ਅਗਮ ਕਰ ਗਏ ਗੁਰੂ ਪਾਤਸ਼ਾਹ ਜੀ ਉਹ ਤਿੰਨਾਂ ਦੀ ਆਤਮਕ ਰੂਹ ਸ਼ਾਂਤੀ ਕਲਿਆਣਤਾ ਵਾਸਤੇ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਗੁਰੂ ਪਾਤਸ਼ਾਹ ਜੀ ਉਹ ਪਰਸੋਂ ਰੋਜ ਤੋਂ ਆਪ ਦੀਆਂ ਦੀ ਪਾਵਨ ਸੇਵਾ ਲਈ ਗੁਰੂ ਪਾਤਸ਼ਾਹ ਜੀ ਉਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ ਗੁਰੂ ਪਾਤਸ਼ਾਹ ਜੀ ਉਹ ਆਪ ਦੀਆਂ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗੁਰੂ ਪਾਤਸ਼ਾਹ ਜੀ ਆਪ ਦੀਆਂ ਦੀ ਮਿਹਰ ਬਖਸ਼ਿਸ਼ ਹੋਈ ਹੈ ਜੀ ਬਾਣੀ ਦੇ ਆਦਿ ਮਦ ਮਨ ਤੋਂ ਸੰਪੂਰਨਤਾ ਸਹਿਤ ਭੋਗ ਪਏ ਗੁਰੂ ਪਾਤਸ਼ਾਹ ਜੀ ਉਪਰੰਤ ਆਪ ਦੀਆਂ ਦੇ ਪਾਵਨ ਸਵਾਰੇ ਹਰਿਮੰਦਰ ਸਾਹਿਬ ਵਿਖੇ ਆਏ ਗੁਰੂ ਪਾਤਸ਼ਾਹ ਜੀ ਉਪਰੰਤ ਗੁਰੂ ਪਾਤਸ਼ਾਹ ਜੀ ਆਪ ਦੀਆਂ ਦਰਬਾਰ ਸਾਹਿਬ ਵਿਖੇ ਦੀਵਾਨ ਸੱਚੇ ਸੱਚੇ ਪਾਤਸ਼ਾਹ ਜਿਸ ਵਿੱਚ ਆਪ ਦੀ ਸੇਵ ਬੱਚਿਆਂ ਨੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਗੁਰੂ ਪਾਤਸ਼ਾਹ ਜੀ ਉਸ ਵਿਛੜੀ ਹੋਈ ਰੂਹ ਦੇ ਨਿਮਿਤ ਗੁਰੂ ਪਾਤਸ਼ਾਹ ਦੇ ਹੋਰ ਬਾਣੀ ਦੇ ਕੀਰਤਨ ਹੋਏ ਹਨ ਸੱਚੇ ਪਾਤਸ਼ਾਹ ਜੀ ਆਪ ਦੀਆਂ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਕਥਾ ਕੀਰਤਨ ਵਿਚਾਰ ਕਰਦਿਆਂ ਗੁਰੂ ਪਾਤਸ਼ਾਹ ਜੀ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਜੀ ਕਲਯੁਗੀ ਜੀਵ ਹਾਂ ਗੁਰੂ ਪਾਤਸ਼ਾਹ ਜੀਓ ਆਪ ਦੀ ਬਖਸ਼ਣਹਾਰ ਹੋ ਬਖਸ਼ ਲੈਣਾ ਗਾਂ ਵਾਸਤੇ ਸਮਾਧ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ ਵਿਛੜੀ ਹੋਈ ਰੂਹ ਦਾ ਭਲਾ ਕਰਕੇ 84 ਦੇ ਗੇੜ ਤੋਂ ਕੱਢ ਕੇ ਜੂਨਾਂ ਦੇ ਆਉਣ ਗਾਉਣ ਤੋਂ ਸਤਿਗੁਰੂ ਜੀ ਨਿਵਾਰ ਕਰਕੇ ਆਪ ਜੀ ਆਪਣੇ ਚਰਨਾਂ ਪਾਸ ਨਿਵਾਸ ਦੇਣਾ ਸੱਚੇ ਪਾਤਸ਼ਾਹ ਜੀ ਪਿੱਛੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਅੰਗ ਸੰਗ ਸਹਾਈ ਹੋਣਾ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਦੀ ਅਰਦਾਸ ਵੇਨ ਦੀ ਜੋਦੜੀ ਪ੍ਰਵਾਨ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਤਰਸ ਕਰਨਾ ਸੱਚੇ ਪਾਤਸ਼ਾਹ ਜੀ
ਭਲਾ ਕਰਨਾ ਜੀ। ਸੱਚੇ ਪਾਤਸ਼ਾਹ ਜੀ ਪੜ੍ਹੀ ਸੁਣੀ ਬਾਣੀ ਦਾ ਫਲਾ ਉਸ ਵਿਛੜੀ ਹੋਈ ਰੂਹ ਨੂੰ ਪ੍ਰਾਪਤ ਕਰਨਾ ਸੱਚੇ ਪਾਤਸ਼ਾਹ ਜੀ ਹੋ। ਪੜ੍ਹਿਆ ਸੁਣਿਆ ਦਰ ਪ੍ਰਵਾਨ ਕਰਨਾ, ਕਦਮ ਕਦਮ ਰੇਖੇ ਲਾਉਣਾ, ਦਿਲ ਫੁੱਲ ਦਰਗਹਿ ਪ੍ਰਵਾਨ ਕਰਨੀ, ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਗੁਰੂ ਪਾਤਸ਼ਾਹ ਜੀਓ ਮਾਇਆ ਦਾਸ ਕਰਵਾਈ ਗਈ ਸਤਿਗੁਰੂ ਜੀਓ, ਜਿਨ੍ਹਾਂ ਖਜ਼ਾਨੇ ਚ ਮਾਇਆ ਸੋਈ ਖਜ਼ਾਨੇ ਭਰ ਕੇ ਭਰਪੂਰ ਕਰਨੇ, ਕਾਲ ਕੰਡ ਪੂਰ ਕਰਨੇ ਜੀ। ਆਦੀਆਂ ਦੀ ਪਾਵਨ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋ ਰਹੇ ਸਰਬੱਤ ਸੰਗਤ ਵਿੱਚ ਵਸਦਾ ਜੀ। ਜੋ ਜੀ ਸ਼ਕ ਹੈ ਸੋ ਮੁਖੋ ਸਤਨਾਮ ਸ੍ਰੀ ਵਾਹਿਗੁਰੂ 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 ਜੀਆਂ ਦਾ ਜਾ ਜਪੇ। ਮਿਹਰ ਕਰੋ ਗੁਰੂ ਗਰੀਬ ਨਿਵਾਸ ਜੀਓ, ਆਪਣਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ। ਆਏ ਸੰਗਤ ਨੂੰ ਨਿਹਾਲ 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 ਕਰੋ, ਹੁਕਮਨਾਮੇ ਤੇ ਚੱਲਣ ਦੀ ਸੇਵਕਾਂ ਨੂੰ ਸੁਵੱਤ ਬਖਸ਼ਿਸ਼ ਕਰਨੀ। ਸੇ ਗੁਰਮੁਖ ਪਿਆਰੀ ਮਿਲਣੀ, ਜਿਨ੍ਹਾਂ ਮਿਲਿਆ ਜੀ ਦਾ ਹੀ ਨਾਮ ਚਿੱਤ ਆਵੈ, ਨਾਨਕ ਨਾਮ ਜਪੀ ਤੇਰੇ ਬਾਣੇ ਸਰਬੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਕਿਰਪਾ ਕਰੇ ਜਨ ਆਪਣੇ ਉੱਪਰ।
ਬੇਨਤੀ ਹੈ ਨਾਨਕ ਅਖਬਾਰ ਜੋ ਦਸਤਾਰ ਲੈ ਕੇ ਆਏ ਆ ਉਹਨਾਂ ਗੁਰਮੁਖਾਂ ਨੂੰ ਬੇਨਤੀ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਸਤਾਰ ਲੈ ਕੇ ਔਰ ਵੀਰ ਜੀ ਦੇ ਜੋ ਬੇਟੇ ਭਾਈ ਧਨਜੀਤ ਸਿੰਘ ਜੀ ਉਹਨਾਂ ਦੇ ਵੱਡੇ ਬੇਟੇ ਹੈ ਉਹਨਾਂ ਨੂੰ ਬੇਨਤੀ ਉਹ ਗੁਰੂ ਚਰਨਾਂ ਚੜ੍ਹ ਕੇ ਬੈਠੋ ਬੜੇ ਪਿਆਰ ਨਾਲ ਦਸਤਾਰ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਦੇ ਕੇ ਬੜੇ ਪਿਆਰ ਨਾਲ ਦਸਤਾਰ ਹੈ ਉਹ ਆਪ ਜੀਆਂ ਨੇ ਸਿਰ ਤੇ ਰੱਖਣੀ ਕਿਰਪਾਲਤਾ ਕਰਨੀ ਸੋ ਗੁਰੂ ਪਿਆਰੇ ਸਾਹਿਬ ਸਤਿਕਾਰ ਜੋ ਸੁਖਵਾਸੀ ਸਾਡੇ ਮਾਸਟਰ ਜੀ ਸਰਦਾਰ ਸੰਤੋਖ ਸਿੰਘ ਜੀ ਤਥਾ ਉਹਨਾਂ ਦੇ ਛੋਟੇ ਵੱਡੇ ਸਮੂਹ ਪਰਿਵਾਰ ਵੱਲੋਂ ਭਾਈ ਧਨਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸਾਰੀ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਔਖੇ ਸਮੇਂ ਪਹੁੰਚ ਕੇ ਦੁੱਖ ਸਾਂਝਾ ਕੀਤਾ ਹੈ ਸੱਜੇ ਪਾਤਸ਼ਾਹ ਗਰੀਬ ਨਿਵਾਸ ਕਿਰਪਾ ਕਰਨ ਰਹਿਮ ਪਰਿਵਾਰ ਭਾਣੇ ਰਹਿਣ ਦੇ ਬਲ ਬਖਸ਼ ਕਰ ਬੇਟਾ ਜੀ ਜ਼ਿੰਮੇਵਾਰੀ ਹੈ ਤੇਰੇ ਪਿਤਾ ਜੀ ਸੱਚਾ ਤੇਰਾ ਪਿਤਾ ਜੀ ਭੈਣ ਭਰਾ ਕੋਲ ਜਾ ਕੇ ਸਾਫ਼ ਸੰਬੰਧੀ ਸੁਨੇਹਾ ਕੋਈ ਪਿਆਰ ਦੱਸਦਾ ਤੁਸੀਂ ਜਾ ਕੇ ਸਮੇਂ ਨੂੰ ਸੁਣਾਉਣਾ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਪ੍ਰਬੰਧ ਕਰਵਾ ਸਤਿ ਸ੍ਰੀ ਅਕਾਲ ਭਾਵਨਾ ਸਿਮਰਨ ਕਰੀ ਨਾਲ ਦੇਵ ਜੀ ਸਤਨਾਮ ਵਾਹਿਗੁਰੂ ਸਲੋਕ ਕਾਮ ਕ੍ਰੋਧ ਲੋਭ ਵਿਰਸ ਜਾਏ ਹਮੇਵ ਨਾਨਕ।